ਨਾਈਜੀਰੀਅਨ ਸਾਗਵਾਨ ਅਸੀਂ ਲੈਂਦੇ ਹੈਗੇ, ਸਾਰੀ ਸੁੱਕੀ ਲੱਕੜ ਪਈ ਆ ਅਤੇ ਲੱਕੜ ਦੇ ਤੁਸੀਂ ਰੇਸ਼ੇ ਵੀ ਦੇਖ ਸਕਦੇ ਹੋ। ਪਹਿਲੀ ਗੱਲ ਤਾਂ ਆਪਾਂ ਪੋਲਿਸ਼ ਕਰਦੇ ਕਿਹੜੀ ਆ? ਆਪਣੀ ਏਸ਼ੀਅਨ ਦੀ ਹੈ ਜੀ ਅੰਬੋਰੀਓ। ਠੀਕ ਹੈ, ਅੰਬੋਰੀਓ ਰੀਗਲ ਆ ਜੀ, ਏਸ਼ੀਅਨ ਦਾ ਸਟੈਨਰ ਆ ਜੀ ਆਪਣੇ। ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਦਰਵਾਜ਼ਿਆਂ ਦੀ ਫੈਕਟਰੀ ਲਾਈ ਹੋਈ ਹੈ ਸਿੰਘ ਡੋਰ ਹੱਬ ਦੇ ਨਾਂ 'ਤੇ, ਅਤੇ ਜ਼ਿਆਦਾਤਰ ਆਪਾਂ ਪ੍ਰੀਮੀਅਮ ਦੇ ਵਿੱਚ ਹੀ ਕੰਮ ਕਰਦੇ ਹਾਂ, ਖਾਸ ਕਰਕੇ ਸਾਗਵਾਨ ਦੇ ਵਿੱਚ। ਅੱਜ ਸਾਗਵਾਨ ਦੇ ਦੋ ਤਿੰਨ ਆਰਡਰ ਜਿਹੜੇ ਇਕੱਠੇ ਹੋਏ ਨੇ, ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਸਟਮਰਾਂ ਦੇ ਘਰਾਂ ਦੇ ਵਿੱਚ ਸ਼ਿੰਗਾਰ ਬਣਨੇ ਨੇ, ਉਹ ਤੁਹਾਨੂੰ ਦਿਖਾਵਾਂਗੇ ਕਿਹੜੀ ਅਸੀਂ ਲੱਕੜ ਵਰਤਦੇ ਹਾਂ ਸਾਗਵਾਨ ਦੀ, ਕਿਸ ਤਰ੍ਹਾਂ ਦਾ ਸਾਡਾ ਕੰਮ ਆ, ਉਹ ਸਾਰਾ ਤੁਹਾਨੂੰ ਦਿਖਾਉਣੇ ਆ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਜਾਲੀ ਵਾਲਾ, ਦੇਖ ਸਕਦੇ ਹੋ ਬਹੁਤ ਸੋਹਣਾ ਅਤੇ ਪੂਰਾ ਵੱਡਾ ਦਰਵਾਜ਼ਾ ਜਿਹੜਾ ਬਣਿਆ ਹੋਇਆ, ਪੂਰੀ ਸਫਾਈ ਨਾਲ ਬਣਿਆ ਹੋਇਆ, ਸਾਰਾ ਹੱਥੀਂ ਕੰਮ ਹੋਇਆ ਹੋਇਆ। ਇਹ ਜਾਲੀ ਵਾਲਾ ਤੁਸੀਂ ਦੇਖ ਸਕਦੇ ਹੋ, ਆਹ ਲੱਕੜ ਹੈ ਜਿਹੜੀ ਇੱਕ ਖਾਸ ਚੀਜ਼ ਕਿਉਂਦੀ, ਹੁਣ ਸਾਗਵਾਨ ਸਾਰਿਆਂ ਨੂੰ ਪਤਾ ਹੀ ਆ ਵੀ ਸੁਕਾਉਣੀ ਪੈਂਦੀ ਆ, ਆਪਣੇ ਕੋਲ ਸਾਰੀ ਲੱਕੜ ਪਹਿਲਾਂ ਹੀ ਲੈ ਕੇ ਰੱਖੀ ਹੋਈ ਆ, ਸਾਰੀ ਸੁੱਕੀ ਲੱਕੜ ਪਈ ਆ ਅਤੇ ਲੱਕੜ ਦੇ ਤੁਸੀਂ ਰੇਸ਼ੇ ਵੀ ਦੇਖ ਸਕਦੇ ਹੋ। ਨਾਈਜੀਰੀਅਨ ਸਾਗਵਾਨ ਅਸੀਂ ਲੈਂਦੇ ਹੈਗੇ, ਜਿਹੜੀ ਕਿ ਜਮ੍ਹਾਂ ਇੱਕ ਨੰਬਰ ਕੁਆਲਿਟੀ 'ਚ ਆਪਾਂ ਕਹਿ ਸਕਦੇ ਹਾਂ ਵੀ, ਜਿਹੜੀ ਮਾਰਕੀਟ 'ਚ ਜ਼ਿਆਦਾਤਰ ਮਿਸਤਰੀਆਂ ਨੂੰ ਖਾਸ ਕਰਕੇ ਸਾਰਿਆਂ ਨੂੰ ਪਤਾ ਹੀ ਹੋਣਾ ਗਾ। ਉਸ ਤੋਂ ਬਾਅਦ ਆ ਗਿਆ ਜੀ ਕਲਾਸੀਕਲ, ਜਿਹੜੇ ਪਿੱਤਲ ਵਾਲੇ ਦਰਵਾਜ਼ੇ ਚੱਲਦੇ ਆ, ਆਪਾਂ ਕੋਠੀ 'ਤੇ ਕਰੋੜਾਂ ਰੁਪਇਆ ਲਾ ਦਿੰਦੇ ਹਾਂ, ਪਰ ਘਰ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਦੇ ਹਾਂ, ਮੇਨ ਆਪਣੀ ਐਂਟਰੀ ਹੁੰਦੀ ਹੈਗੀ ਦਰਵਾਜ਼ੇ ਨਾਲ, ਉਹ ਦਰਵਾਜ਼ਾ ਵੀ ਆਪਾਂ ਤਿਆਰ ਕਰਦੇ ਹਾਂ ਪਿੱਤਲ ਦਾ, ਤੁਸੀਂ ਦੇਖ ਸਕਦੇ ਹੋ। ਇਹ ਜਦੋਂ ਬਣ ਕੇ ਆਊਗੇ ਤਾਂ ਰੀਲ ਜਾਂ ਅਲੱਗ ਵੀਡੀਓ ਵੀ ਪਾਵਾਂਗੇ, ਹਜੇ ਤਾਂ ਕੰਮ ਚੱਲ ਰਿਹਾ, ਅਸੀਂ ਰਾਹ ਦੇ ਵਿੱਚ ਤਾਂ ਦਿਖਾ ਰਹੇ ਹਾਂ ਵੀ ਸਾਰਾ ਠੋਸ ਇਹ ਸਾਗਵਾਨ ਦਾ ਬਣੇਗਾ, ਤੁਸੀਂ ਇਹ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ। ਸਾਰਾ ਕੰਮ ਮਿਸਤਰੀਆਂ ਨੇ ਹੱਥੀਂ ਕੀਤਾ ਹੋਇਆ, ਕੋਈ ਵੀ ਇਹਦੇ ਵਿੱਚ ਮਸ਼ੀਨੀ ਕੰਮ ਨਹੀਂ ਹੈਗਾ ਵੀ ਤੁਹਾਨੂੰ ਕਿਸੇ ਚੀਜ਼ ਦਾ ਵੀ ਸਵਾਦ ਨਹੀਂ ਆਊ ਚੀਜ਼ ਬਣਨ ਤੋਂ ਬਾਅਦ। ਅਤੇ ਇਹ ਵੀ ਕਲਾਸੀਕਲ ਕੰਮ ਮਾਡਰਨ ਕਹਿ ਸਕਦੇ ਹਾਂ, ਪਰ ਬਹੁਤ ਸੋਹਣਾ ਡਿਜ਼ਾਇਨ ਹੈਗਾ ਅਤੇ ਮੈਨੂੰ ਲੱਗਦਾ ਵੀ ਇਹਦਾ ਤਾਂ ਖਾਸ ਕਰਕੇ ਸਾਰੇ ਮਿੱਤਰਾਂ ਨੇ ਕਹਿਣਾ ਵੀ ਆਹ ਤਾਂ ਸਾਡਾ ਤਿਆਰ ਕਰ ਦਿਓ, ਕਿਉਂਕਿ ਪਿੱਤਲ ਵਾਲੇ ਤੁਸੀਂ ਆਮ ਦੇਖਦੇ ਹੋਵੋਗੇ, ਆਹ ਡਿਜ਼ਾਇਨ ਬਹੁਤ ਸੋਹਣਾ, ਪੋਲਿਸ਼ ਤੋਂ ਬਾਅਦ ਬਹੁਤ ਹੀ ਜ਼ਬਰਦਸਤ ਜਿਹੜਾ ਇਹਦਾ ਲੁੱਕ ਆਉਣੀ ਹੈਗੀ ਘਰ ਦੇ ਵਿੱਚ ਲੱਗਣ ਤੋਂ ਬਾਅਦ। ਅਤੇ ਇਹ ਜਾਲੀ ਵਾਲੇ ਅੱਗੇ ਦੋ ਹੋਰ ਦਰਵਾਜ਼ੇ ਆਪਾਂ ਤਿਆਰ ਕੀਤੇ ਨੇ, ਅਤੇ ਜੋ ਵਿੰਡੋ ਵਗੈਰਾ ਨੇ ਉਹ ਸਾਰੀਆਂ ਆਪਾਂ ਤਿਆਰ ਕਰਦੇ ਹਾਂ, ਅਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਤਲਬ ਜੋ ਕੰਮ ਕਰਾਉਣਾ ਤੁਸੀਂ ਕਰਵਾ ਸਕਦੇ ਹੋ। ਹੁਣ ਤੁਹਾਨੂੰ ਪੋਲਿਸ਼ ਦਾ ਵੀ ਦਿਖਾਵਾਂਗੇ ਵੀ ਆਪਾਂ ਕੰਮ ਕਿਸ ਤਰ੍ਹਾਂ ਦਾ ਕਰਦੇ ਹਾਂ। ਅਤੇ ਇਹ ਆਪਾਂ ਦੇਖ ਰਹੇ ਹਾਂ ਇੱਧਰ ਮਿਸਤਰੀ ਸਾਹਿਬ ਕੰਮ ਕਰ ਰਹੇ ਨੇ, ਸਾਰੀ ਹੱਥੀਂ ਕੰਮ ਹੁੰਦਾ ਗਾ। ਅਤੇ ਆਪਣੇ ਪੰਜਾਬ ਦੇ ਇੱਕ ਖਾਸ ਗੱਲ ਜਿਹੜੀ ਦੱਸਣੀ ਆ, ਸਾਰੇ ਮਿਸਤਰੀ ਪੰਜਾਬ ਦੇ ਨੇ, ਜੇ ਸਿੰਘ ਡੋਰ ਹੱਬ ਰੱਖਿਆ ਗਾ ਨਾਮ ਤਾਂ ਸਿੰਘ ਹੀ ਨੇ ਸਾਰੇ ਆਪਣੀ ਫੈਕਟਰੀ ਦੇ ਵਿੱਚ। ਤੁਹਾਨੂੰ ਇਹ ਨਹੀਂ ਹੈਗਾ ਵੀ ਕੋਈ ਬੰਦਾ ਕਹਿ ਜਾਂਦਾ ਨਾ ਵੀ ਬਾਹਰਲੇ ਬੰਦੇ ਪ੍ਰਵਾਸੀ ਨੇ, ਸਾਰੇ ਆਪਣੀ ਮਤਲਬ ਵੱਡੇ ਭਰਾ ਨੇ। ਦੋਸਤੋ ਜਿਵੇਂ ਤੁਹਾਨੂੰ ਅੰਦਰ ਆਪਾਂ ਦਿਖਾਏ ਸੀਗੇ ਵੀ ਜਿਹੜੇ ਦਰਵਾਜ਼ੇ ਤਿਆਰ ਹੋ ਰਹੇ ਨੇ, ਜਦੋਂ ਤਿਆਰ ਹੋ ਜਾਂਦੇ ਨੇ ਸਾਗਵਾਨ ਦੇ ਦਰਵਾਜ਼ੇ, ਉਸ ਤੋਂ ਬਾਅਦ ਪੋਲਿਸ਼ ਹੈ, ਜਿਹੜੀ ਪੋਲਿਸ਼ ਹੈ ਉਹ ਆਪਾਂ 5 ਕੋਟ ਕਰ ਦੇਵਾਂਗੇ। 5 ਕੋਟ ਆਪਾਂ ਇੱਥੇ ਤੁਹਾਨੂੰ ਸਾਰਾ ਦਿਖਾਵਾਂਗੇ, ਪਿੱਤਲ ਲੱਗਣ ਤੋਂ ਬਾਅਦ ਕੀ ਬਣੂਗਾ ਉਹਦੀਆਂ ਫੋਟੋਆਂ ਲਾਵਾਂਗੇ, ਅਤੇ ਮਿਸਤਰੀ ਨਾਲ ਆਪਾਂ ਗੱਲਬਾਤ ਕਰਾਂਗੇ। ਮਿਸਤਰੀ ਬਾਈ ਜੀ, ਜੇ ਆਪਾਂ ਦੱਸੀਏ ਆਪਣੇ ਦਰਸ਼ਕਾਂ ਨੂੰ, ਹਾਂਜੀ, ਵੀ ਸਭ ਤੋਂ ਵਧੀਆ ਪਹਿਲੀ ਗੱਲ ਤਾਂ ਆਪਾਂ ਪੋਲਿਸ਼ ਕਰਦੇ ਕਿਹੜੀ ਆ? ਆਪਣੀ ਏਸ਼ੀਅਨ ਦੀ ਹੈ ਜੀ ਅੰਬੋਰੀਓ। ਠੀਕ ਹੈ, ਅੰਬੋਰੀਓ ਰੀਗਲ ਆ ਜੀ, ਏਸ਼ੀਅਨ ਦਾ ਸਟੈਨਰ ਹੈ ਜੀ ਆਪਣੇ। ਠੀਕ ਹੈ ਜੀ, ਸਾਰੇ ਹੀ ਆਪਾਂ ਏਸ਼ੀਅਨ ਦਾ ਮਾਲ ਯੂਜ਼ ਕਰਦੇ ਹਾਂ ਜੀ ਇੱਥੇ, ਸਾਰਾ ਏਸ਼ੀਅਨ ਦਾ ਮਾਲ ਯੂਜ਼ ਕਰਦੇ ਹਾਂ। ਬਾਈ ਕਿੰਨੇ ਕੋਟਿੰਗ ਹੁੰਦੇ ਆਪਣੀ, ਕਿਉਂਕਿ ਹਰ ਇੱਕ ਨੇ ਸ਼ੌਂਕ ਨਾਲ ਜਦੋਂ ਰੁਪਈਆ ਲਾਉਣਾ ਗਾ, ਅਗਲਾ ਕਹਿੰਦਾ ਯਾਰ ਵੀ ਚੀਜ਼ ਸਾਨੂੰ ਮਿਲੂਗੀ। ਹਾਂਜੀ, ਇਹ ਮੰਨ ਲਓ ਜੀ ਆਪਣਾ ਪਹਿਲਾ ਕੋਟ ਪੌਕਸੀ ਦਾ ਲੱਗਦਾ ਜੀ ਇਹਦੇ। ਠੀਕ ਹੈ ਜੀ, ਹਾਂ, ਉਸ ਤੋਂ ਬਾਅਦ 3 ਕੋਟ ਲੱਗਦੇ ਸਿਲਰ ਦੇ ਜੀ। ਠੀਕ ਹੈ ਜੀ, 2 ਗਲੋਕਸੀ ਦੇ ਲੱਗਦੇ ਜੀ। ਠੀਕ ਹੈ ਜੀ, ਹਾਂ, ਫਿਰ ਇਹਦੀ ਲੁੱਕ ਪੂਰੀ ਫਸਟ ਕਲਾਸ ਹੀ ਆ ਜਾਂਦੀ। ਠੀਕ ਹੈ ਜੀ, ਅਤੇ ਇੱਕ ਚੀਜ਼ ਕੀ ਹੁੰਦੀ ਹੈ ਨਾ ਬਾਈ, ਆਪਾਂ ਮਹਿੰਗਾ ਵੀ ਲੈ ਲੈਂਦੇ ਚੀਜ਼, ਪੋਲਿਸ਼ ਵੀ ਕਰਾ ਲੈਂਦੇ ਹਾਂ, ਅਤੇ ਇਹਦੀ ਲਾਈਫ ਕਿੰਨੀ ਕੁ ਹੁੰਦੀ ਹੈਗੀ? ਇਹਦੀ ਲਾਈਫ ਐਂ ਮੰਨ ਲਓ ਜੀ ਆਪਾਂ ਆਪਦੀ ਸਮਾਈ ਦੇ ਸਿਰ 'ਤੇ ਵੀ ਹੈ। ਠੀਕ ਹੈ, ਅਤੇ 8-9 ਸਾਲ ਵਧੀਆ ਕੱਢ ਜਾਂਦੀ ਹੈ ਜੀ। ਠੀਕ ਹੈ ਜੀ, ਹਾਂਜੀ, ਅਤੇ ਲਓ ਵੀ ਦੋਸਤ ਤੁਸੀਂ ਦੇਖ ਸਕਦੇ ਹੋ ਆਪਣੀ ਸਾਰੀ ਟੀਮ ਜਿਹੜੀ ਪੋਲਿਸ਼ ਦਾ ਕੰਮ ਕਰਦੀ ਹੈਗੀ, ਅਤੇ ਇਹ ਜੋੜੀ ਹੈ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਾਣੀ ਹੈਗੀ, ਬਹੁਤ ਸੋਹਣੀ ਜੋੜੀ ਜਿਹੜੀ ਬਣ ਰਹੀ ਆ। ਅਤੇ ਪੋਲਿਸ਼ ਮਿਸਤਰੀ ਸਾਹਿਬ ਆਪਾਂ ਲਾਸਟ 'ਤੇ ਲਾਵਾਂਗੇ, ਬਿਲਕੁਲ ਉਹ ਆਪਣੀ ਪਿੱਤਲ ਲਾਸਟ 'ਤੇ ਲੱਗੂਗਾ ਜੀ। ਠੀਕ ਹੈ, ਪਿੱਤਲ ਜਮ੍ਹਾਂ ਲਾਸਟ ਆਪਾਂ ਐਂ ਕਰਾਂਗੇ, ਪਹਿਲਾਂ ਕੋਟ ਲਾ ਕੇ
ਇਹਦੇ ਪਿੱਤਲ ਰੱਖ ਕੇ ਕੋਟ ਉੱਪਰ ਦੀ ਲਵਾਵਾਂਗੇ ਜੀ, ਇਹਦੇ ਪਿੱਤਲ ਕਾਲਾ ਨਹੀਂ ਪਊਗਾ ਕੱਲ੍ਹ ਨੂੰ ਜੀ। ਠੀਕ ਹੈ, ਪਿੱਤਲ ਕਾਲਾ ਨਹੀਂ ਪੈਂਦਾ? ਹਾਂ, ਕਾਲਾ ਨਹੀਂ ਪਊਗਾ ਜੀ। ਠੀਕ ਹੈ ਜੀ। ਲਓ ਵੀ ਦੋਸਤੋ, ਜੇਕਰ ਤੁਸੀਂ ਵੀ ਸਾਗਵਾਨ ਦੇ ਵਿੱਚ ਕੰਮ ਕਰਾਉਣਾ ਨਾ ਤਾਂ ਆਪਣੀ ਟੀਮ ਦਾ ਨੰਬਰ ਆਪਾਂ ਸਕਰੀਨ 'ਤੇ ਦਿੱਤਾ, ਤੁਸੀਂ ਗੱਲਬਾਤ ਕਰ ਸਕਦੇ ਹੋ। ਬਹੁਤ ਸੋਹਣੀ ਕੁਆਲਿਟੀ ਦੇ ਤੁਹਾਨੂੰ ਜਿਹੜੇ ਸਾਗਵਾਨ ਦੇ ਦਰਵਾਜ਼ੇ ਅਸੀਂ ਬਣਾ ਕੇ ਦੇਵਾਂਗੇ, ਅਤੇ ਆਹ ਤੁਸੀਂ ਪੋਲਿਸ਼ ਵਾਲਾ ਸਾਡਾ ਦੇਖ ਸਕਦੇ ਹੋ। ਧੰਨਵਾਦ ਜੀ।